असी अज दरबार साहब के आले पासे जिहड़ा साडा पुराना गलियारा एरिया और जिहड़ियां साडियां शहर दियां छोटियां गलियां उहनां दे विच अज साडा ट्रैफिक दा वर्क चल रिहा सी। उस तों बाद फिर सारे इत्थे इकट्ठे हो गए दुबारा इत्थे मतलब चाह पीण तों बाद फिर दुबारा अपने अगले पॉइंट ते गए आ। ਉਹ ਤਾਂ ਕਰਕੇ ਸਾਡੀ ਇਹ ਪੁਲਿਸ ਚੌਂਕੀ ਲੱਗੀ ਆ ਉਹਦੇ ਕਰਕੇ ਉੱਥੇ ਇਕੱਠੇ ਹੋਣ ਕਰਕੇ ਇੱਦਾਂ ਲੱਗਾ ਆ। ਬਾਕੀ ਅਸੀਂ ਪੁਲਿਸ ਜਿਹੜੀ ਆ ਸਾਡੀ ਟ੍ਰੈਫਿਕ 'ਤੇ ਵਰਕ ਕਰ ਰਹੀ ਆ ਔਰ ਬਾਕੀ ਇਹਨਾਂ ਦੇ ਆਪਣੇ ਇਸ ਏਰੀਏ 'ਚ ਨਾਕੇ ਵਗੈਰਾ ਲੱਗੇ ਹੋਏ ਆ। ਸਰ ਇੱਕ ਅਕਸਰ ਵੇਖਣ ਨੂੰ ਆਉਂਦਾ ਸੀ ਜਿਹੜੇ ਹਰਿਮੰਦਰ ਸਾਹਿਬ ਨੂੰ ਆਉਣ ਵਾਲੇ ਬਾਜ਼ਾਰ ਆ ਪਹਿਲਾਂ ਕਾਫੀ ਰਸ਼ ਉੱਥੇ ਰਹਿੰਦਾ ਸੀਗਾ ਪਰ ਅੱਜ ਦੇ ਦੋ ਦਿਨ ਹੋ ਗਏ ਆ ਵੇਖਣ ਨੂੰ ਆਉਂਦਾ ਕਿ ਕਾਫੀ ਚਾਰ ਚਾਰ ਪੈਂਪੇ ਮੁਲਾਜ਼ਮ ਇੱਕ ਚੌਂਕ ਦੇ ਵਿੱਚ ਖੜੇ ਆ ਉਹਦਾ ਮੇਨ ਕਾਰਨ ਕੀ ਹੈ? ਦੇਖੋ ਸਾਡੀ ਕੋਸ਼ਿਸ਼ ਆ ਅਸੀਂ ਸ਼ਹਿਰ ਨੂੰ ਟ੍ਰੈਫਿਕ ਮੁਕਤ ਕਰਨ ਲਈ ਔਰ ਅਸੀਂ ਹਰ ਪੁਆਇੰਟਾਂ ਨੂੰ ਏਰੀਏ ਨੂੰ ਦੇਖ ਰਹੇ ਹਾਂ ਵੀ ਜੇ ਉਹਨਾਂ ਦੇ ਉੱਤੇ ਫੋਰਸ ਲਾ ਕੇ ਕਿੱਥੇ ਕਿੱਥੇ ਕੀ ਪ੍ਰੋਬਲਮ ਆ ਰਹੀ ਆ। ਲਗਾਤਾਰ ਤਾਂ ਇੰਨੇ ਬੰਦੇ ਨਹੀਂ ਲਾ ਸਕਦੇ ਪਰ ਅਸੀਂ ਜਿਸ ਵੀ ਜ਼ੋਨ ਦੇ ਵਿੱਚ ਲਾਲ ਬੰਦੇ ਲਾਉਂਦੇ ਹਾਂ ਉਹਨੂੰ ਲਾ ਕੇ ਬੰਦਿਆਂ ਨੂੰ ਉਸ ਏਰੀਏ ਨੂੰ ਕਲੀਅਰ ਕਰਦੇ ਹਾਂ ਤਾਂ ਜੋ ਕਿ ਜੇ ਲੋਕ ਫਿਰ ਵੀ ਦੁਬਾਰਾ ਕਰਨਗੇ ਫਿਰ ਉਹਨਾਂ ਦੇ ਉੱਤੇ ਅਸੀਂ ਉਹਨਾਂ ਨੂੰ ਵਾਰਨਿੰਗ ਦੇ ਰਹੇ ਹਾਂ, ਰਿਟਨ ਦੇਵਾਂਗੇ। ਰਿਟਨ ਕੱਢਣ ਤੋਂ ਬਾਅਦ ਫਿਰ ਅਸੀਂ ਜਿਹੜਾ ਆ ਉਹਨਾਂ ਦੇ ਉੱਤੇ ਕਾਰਵਾਈ ਵੀ ਕਰਾਂਗੇ। ਸਰ ਇੱਕ ਚੀਜ਼ ਜੋ ਪੈਨਿਕ ਕ੍ਰੀਏਟ ਹੋ ਰਿਹਾ ਕਿ ਕਈ ਕਹਿੰਦੇ ਆ ਕਿ ਅੰਮ੍ਰਿਤਪਾਲ ਆ ਰਿਹਾ ਸ਼ਾਇਦ ਉਹਦੇ ਕਰਕੇ ਨਹੀਂ ਫੋਰਸ ਆ ਰਹੀ ਹੈ, ਇਹ ਗੱਲ ਕਰ ਲਈ ਹਰਿਮੰਦਰ ਸਾਹਿਬ ਤੋਂ ਘੇਰਾ ਪੈ ਰਿਹਾ ਜਾਂ ਰੱਖਿਆ ਲਈ ਆਉਣਗੇ ਇੱਥੇ, ਕੋਈ ਮਤਲਬ ਇਹੋ ਜਿਹਾ ਪੈਨਿਕ ਕ੍ਰੀਏਟ ਹੋ ਰਿਹਾ ਕਿ ਇੱਕ ਇਹ ਚੀਜ਼ ਜ਼ਰੂਰ ਕਲੀਅਰ ਕਰ ਦਿਓ ਕਿ ਜਿਹੜੀ ਅੰਮ੍ਰਿਤਸਰ ਸ਼ਹਿਰ ਵਾਸੀ ਨੇ ਜਾਂ ਆਉਣ ਵਾਲੇ ਟੂਰਿਸਟ ਨੇ ਉਹਨਾਂ ਨੂੰ ਪਤਾ ਲੱਗੇ। ਨਹੀਂ ਦੇਖੋ ਬਿਲਕੁਲ ਇਹੋ ਜਿਹੀ ਕੋਈ ਗੱਲਬਾਤ ਨਹੀਂ ਔਰ ਸਾਡੇ ਦਰਬਾਰ ਸਾਹਿਬ ਵਾਲੇ ਦੁਆਲੇ ਪਾਸੇ ਬਿਲਕੁਲ ਕਲੀਅਰ ਆ, ਕਿਸੇ ਨੂੰ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ ਹੋਣਾ ਚਾਹੀਦਾ। ਸਾਡੀ ਪੁਲਿਸ ਜਿਹੜੀ ਆ ਪੂਰੇ ਸ਼ਹਿਰ ਦੇ ਵਿੱਚ ਸਰਗਰਮਾ ਆਪਣੀ ਲਾਅ ਐਂਡ ਡਿਊਟੀ ਕਰ ਰਹੀ ਆ, ਨਾਕੇ ਲੱਗੇ ਹੋਏ ਆ, ਅਸੀਂ ਸ਼ਹਿਰ ਦੇ ਵਿੱਚ ਸਾਡੀਆਂ ਪੈਟਰੋਲਿੰਗ ਪਾਰਟੀਆਂ ਲੱਗੀਆਂ ਹੋਈਆਂ ਅਤੇ ਇਹਦੇ ਵਿੱਚ ਮੈਂ ਅਪੀਲ ਕਰਨੀ ਚਾਹੂੰਗਾ ਸ਼ਹਿਰ ਵਾਸੀਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਡਰਨ ਦੀ ਲੋੜ ਨਹੀਂ। ਜੇ ਕੋਈ ਬੰਦਾ ਪੇਸ਼ ਹੋਣਾ ਚਾਹੁੰਦਾ ਆ ਤਾਂ ਉਹ ਪੇਸ਼ ਹੋ ਜਾਵੇ, ਆ ਕੇ ਲਾਅ ਦੇ ਮੁਤਾਬਕ ਜੋ ਹੈਗਾ ਉਸੇ ਤਰ੍ਹਾਂ ਹੀ ਕਾਰਵਾਈ ਹੋਊਗੀ, ਕੋਈ ਇੱਦਾਂ ਦਾ ਕਿਸੇ ਨੂੰ ਡਰਨ ਦੀ ਲੋੜ ਨਹੀਂ। ਸਰ ਜਿਹੜੇ ਇਹ ਮੁਲਾਜ਼ਮ ਕਿੰਨੇ ਕੁ ਮੁਲਾਜ਼ਮਾਂ ਦੀ ਅੱਜ ਜਿਹੜੀ ਗਿਣਤੀ ਵਿੱਚ ਡਿਊਟੀ ਲਾਈ? ਅੱਜ ਸਾਡੇ ਇੱਧਰ ਜਿਹੜੇ ਟ੍ਰੈਫਿਕ ਦੇ ਵਿੱਚ ਕੋਈ ਕਰੀਬ 200 ਬੰਦਾ ਜਿਹੜਾ ਟ੍ਰੈਫਿਕ ਦਾ ਕੰਮ ਕਰ ਰਿਹਾ ਸੀ ਇੱਧਰ, ਉਹ ਸਾਰੇ ਜਿਹੜੇ ਆ ਇੱਧਰਲੇ ਏ ਸੀ ਏਰੀਏ 'ਚ ਪੁਰਾਣੀ ਸਿਟੀ ਦੇ ਵਿੱਚ ਕੰਮ ਕਰ ਰਹੇ ਆ ਉਹ ਲੱਗੇ ਹੋਏ ਸੀਗੇ। ਇਹਦੇ ਨਾਲ ਇਸ ਏਰੀਏ ਦੇ SHO ਔਰ ਹਲਕਾ ਅਫਸਰ ਜਿਹੜੇ ਉਹ ਨਾਲ ਹੋਏ ਲੱਗੇ ਨੇ।